ਸਤਿ ਸ਼੍ਰੀ ਅਕਾਲ ਟੀ ਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ, ਦਾਖਾ ਤੇ ਜਲਾਲਾਬਾਦ ਵਿੱਚ ਹੋਈਆਂ ਹਿੰਸਕ ਝੜਪਾਂ, ਜਦਕਿ ਮੋਟੇ ਤੌਰ 'ਤੇ ਚੋਣਾਂ ਅਮਨ ਅਮਾਨ ਨਾਲ ਸੰਪੰਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਪੁਰਬ ਸਮਾਗਮਾਂ ਨੂੰ ਲੈ ਕੇ ਸਰਕਾਰ ਤੇ SGPC ਵਿੱਚ ਸਹਿਮਤੀ ਬਣਦੀ ਨਜ਼ਰ ਨਹੀਂ ਆਈ। ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਹੀ ਕਾਰਵਾਈ ਕੀਤੇ ਜਾਣ ਦਾ ਦਿੱਤਾ ਆਦੇਸ਼। ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਸ਼ਰਧਾਲੂਆਂ ਦੀ ਕਰਤਾਰਪੁਰ ਲਾਂਘੇ ਦੀ ਯਾਤਰਾ ਦਾ ਖਰਚਾ ਚੁੱਕਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੈਪਟਨ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਜਿਹੇ ਕਦਮ ਚੁੱਕਣ ਦੀ ਕੀਤੀ ਮੰਗ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਨੇ ਕੈਪਟਨ ਸਰਕਾਰ ਖਿਲਾਫ਼ ਲਗਾਇਆ ਧਰਨਾ। ਕਪਾਹ ਦੀ ਫਸਲ ਦਾ ਭਾਅ ਪੂਰਾ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਘੇਰਿਆ ਬਠਿੰਡਾ ਦਾ CCI ਦਫ਼ਤਰ। ਮੰਗਾਂ ਨਾ ਮੰਨਣ ਤੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ। ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਪੁੱਜਾ ਸੰਗਰੂਰ। ਹੋਰ ਧਰਮਾਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੇ ਵੀ ਕੀਤੀ ਵੱਧ ਚੜ ਕੇ ਸੇਵਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਜਗਤ ਗੁਰੂ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਅੱਜ ਜ਼ਿਮਨੀ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। 4 ਹਲਕਿਆਂ ਦੇ 7.68 ਲੱਖ ਵੋਟਰਾਂ ਨੇ ਨਵੇਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਸੀ। 4 ਵਿਧਾਨ ਸਭਾਵਾਂ ਵਿੱਚ ਚੋਣ ਕਮਿਸ਼ਨ ਨੇ 40 ਬੂਥਾਂ ਨੂੰ ਅਤ ਸੰਵੇਦਨਸ਼ੀਲ ਐਲਾਨਿਆ ਸੀ, ਜਿਨ੍ਹਾਂ ਵਿੱਚ ਦਾਖਾ ਹਲਕੇ ਵਿੱਚ ਸਭ ਤੋਂ ਜ਼ਿਆਦਾ ਨੇ। ਸ਼ਾਮ 5 ਵਜੇ ਤੱਕ ਫਗਵਾੜਾ ਵਿੱਚ 46.5%, ਦਾਖਾ ਵਿੱਚ 64.35%, ਜਲਾਲਾਬਾਦ ਵਿੱਚ ਕੁੱਲ 70% ਵੋਟਿੰਗ ਤੇ ਮੁਕੇਰੀਆਂ ਵਿੱਚ ਕਰੀਬ 57.28% ਮਤਦਾਨ ਹੋਇਆ। ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿੱਚ ਅੱਜ ਇੱਕ ਨਾਟਕੀ ਹੰਗਾਮਾ ਹੋਇਆ। ਦਰਅਸਲ ਅੱਜ ਜਦੋਂ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਪੋਲਿੰਗ ਬੂਥ ਤੇ ਪੁੱਜੇ ਤੇ ਮੌਕੇ ਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨਾਂ ਨੇ ਭੈਣੀ ਦੀ ਮੌਜੂਦਗੀ ਤੇ ਡਾਢਾ ਇਤਰਾਜ਼ ਪ੍ਰਗਟਾਉਂਦਿਆਂ ਸ਼ਿਕਾਇਤ ਕੀਤੀ ਕਿ ਕਾਂਗਰਸੀ ਆਗੂ ਵੋਟਰਾਂ ਤੇ ਆਪਣਾ ਪ੍ਰਭਾਵ ਪਾਉਣ ਦਾ ਯਤਨ ਕਰ ਰਹੇ ਨੇ। ਤਾਂ ਇਸ ਮੌਕੇ ਮਾਮੂਲੀ ਝੜਪ ਹੋਈ, ਪਰ ਗੱਲ ਬਹੁਤੀ ਅੱਗੇ ਨਹੀਂ ਵਧੀ। ਉਧਰ ਪਿੰਡ ਸਰਾਭਾ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਾਰਕੁਨਾਂ ਤੇ ਆਗੂਆਂ ਵਿਚਾਲੇ ਅਜਿਹਾ ਹੰਗਾਮਾ ਹੋਇਆ, ਜਦਕਿ ਦੇਰ ਸ਼ਾਮ ਜੰਗਪੁਰ ਵਿੱਚ ਆਪਸੀ ਖਹਿਬਾਜ਼ੀ ਦੌਰਾਨ ਗੋਲੀ ਵੀ ਚਲਾਈ ਗਈ। ਗੋਲੀ ਇਆਲੀ ਦੇ ਇੱਕ ਸਮਰਥਕ ਨੂੰ ਲੱਗੀ, ਜਿਸ ਨੂੰ ਲੁਧਿਆਣਾ ਭਰਤੀ ਕਰਵਾਇਆ ਗਿਆ। ਮਾਮਲਾ ਅਕਾਲੀ ਦਲ ਵਾਲੇ ਇਹ ਕਾਂਗਰਸ ਨੇ ਗੋਲੀ ਚਲਾਈ ਆ। ਅਸੀਂ ਇਹ ਪਹਿਲਾਂ ਧੱਕੇ ਨਾਲ ਸਾਨੂੰ ਬਾਹਰ ਕੱਢਿਆ, ਖਾਣ ਦੀ ਕੋਸ਼ਿਸ਼ ਅੰਦਰ ਵੜਨ ਲੱਗੇ ਜੀ, ਦੋ ਰੋਕਤਾ ਜੀ, ਇਹ ਦੋ ਅੰਦਰ ਜਾਣ ਲੱਗ ਗਏ। ਅੰਦਰ ਇੱਕ ਮੁੰਡਾ ਅੰਦਰ ਸੀਗਾ, ਅਸੀਂ ਬਾਹਰ ਕੱਢ ਤੂੰ ਕੌਣ ਆ? ਕਹਿੰਦਾ ਪਿੰਡ ਦਾ ਮੁੰਡਾ। ਮੈਂ ਕਿਹਾ ਪ੍ਰੂਫ ਦਿਖਾ ਦੇ ਪਿੰਡ ਦਾ ਕੌਣ ਆ? ਕਹਿੰਦਾ ਦਵਿੰਦਰ ਦਾ ਮੁੰਡਾ। ਕਹਿੰਦਾ ਦਵਿੰਦਰ ਦਾ ਹੋਇਆ, ਪ੍ਰੂਫ ਦਿਖਾ ਦੇ, ਕਹਿੰਦਾ ਪ੍ਰੂਫ ਤਾਂ ਹੋਊਗਾ ਹੀ ਕੋਈ। ਉਹ ਸਾਨੂੰ ਧੱਕੇ ਨਾਲ ਬਾਹਰ ਨਿਕਲੇ, ਬਾਹਰੋਂ ਇਕੱਠੇ ਆ ਕੇ ਚੰਬੜ ਕੇ ਸਾਨੂੰ, ਮੇਰੇ ਭਰਾ ਵਾ ਵੱਡਾ, ਉਹਦਾ ਇਹ ਤਾਂ ਕਿਰਤੇ ਮਾਰੀ ਇਹਨਾਂ ਨੇ। ਉਸ ਤੋਂ ਬਾਅਦ ਉਹਨੂੰ ਚੰਬੜ ਕੇ ਇਕੱਠੇ ਮੇਰੇ ਜੀ ਚੰਬੜੇ ਰੋੜੇ ਮਾਰੇ ਇਹਨਾਂ ਦੇ, ਉੱਥੇ ਜਾ ਕੇ ਖੈਰ ਨਹੀਂ ਚਲਾ ਗਿਆ। ਗੋਲੀ ਮਾਰੀ ਕਿਸ ਨੇ? ਗੋਲੀ ਕਿਸ ਨੇ ਚਲਾਈ? ਗੋਲੀ ਚਲਾਉਣੇ ਵਾਲੇ ਕੌਣ ਲੋਕ ਸੀ? ਭੋਲਾ ਜੀ, ਭੋਲਾ ਕਾਂਗਰਸ ਦਾ ਲੁਧਿਆ ਕਾਂਗਰਸ ਦਾ ਭੋਲਾ ਗਰੇਵਾਲ ਭੋਲਾ ਭੋਲਾ ਅੱਛਾ ਨੀਲੀ ਪੱਟੀ ਵਾਲਾ ਅੱਛਾ ਭੋਲਾ ਕੌਂਸਲਰ ਦਲਜੀਤ ਸਿੰਘ ਭੋਲਾ, ਉਹਦੇ ਕੋਲ ਆਪਣੇ ਕੋਲ ਵੈਪਨ ਸੀਗਾ ਅਤੇ ਨਾਲ ਉਹਦੇ ਜਿਹੜੇ ਹੋਰ ਉਹ ਦੱਸੂਗਾ ਕਿਹੜੇ ਕਿਹੜੇ ਸੀਗੇ, ਲੇਕਿਨ ਪਹਿਲਾਂ ਰਵਨੀਤ ਸਿੰਘ ਬਿੱਟੂ ਆ ਕੇ ਗਿਆ। ਸੋ ਇਹ ਸਾਰੇ ਜਿਹੜੇ ਲੋਕ ਨੇ ਜਿਹੜੇ 5 ਵਜੇ ਆ ਕੇ ਗੱਲ ਕਹਿ ਕੇ ਗਿਆ, ਉਕਸਾ ਕੇ ਗਿਆ ਉਹਨਾਂ ਨੂੰ, ਵੀ ਡਰਨਾ ਨਹੀਂ ਕਿਸੇ ਤੋਂ। ਸਰ ਗੋਲੀ ਕਿਹਦੇ ਵੱਲੋਂ ਚਲਾਈ ਗਈ ਹੈ? ਇਹ ਜਿਹੜੀ ਬਾਕੀ ਤੋਂ ਦੱਸੂਗਾ ਬਿਆਨ, ਜੋ ਮੈਨੂੰ ਜਿੰਨਾ ਪਤਾ ਲੱਗਿਆ ਨਾਲ ਦਿਆਂ ਨੇ ਦੱਸਿਆ ਵਾ ਕਿ ਜਿਹੜਾ ਭੋਲਾ ਕੌਂਸਲਰ ਆ ਉਹਦੇ ਵੱਲੋਂ ਗੋਲੀ ਚਲਾਈ ਗਈ ਆ। ਉਹਦੇ ਨਾਲ ਕੌਣ ਕੌਣ ਸੀਗੇ, ਕੀ ਇੰਸੀਡੈਂਟ ਆ, ਉਹ ਬਕਾਇਦਾ ਮੁੰਡਾ ਹੋਸ਼ ਦੇ ਵਿੱਚ ਆਊਗਾ ਪ੍ਰੋਪਰ, ਤਾਂ ਉਹ ਸਾਰਾ ਬਿਆਨ ਦਊਗਾ। ਲੇਕਿਨ ਇਹਦੇ ਲਈ ਕਿੰਨੇ ਰਾਊਂਡ ਫਾਇਰ ਹੋਏ ਸਰ? ਕਿੰਨੇ ਰਾਊਂਡ ਫਾਇਰ ਹੋਏ? ਉਮੀਦਵਾਰ ਹੈਗਾ ਕੈਪਟਨ ਸੰਦੀਪ ਸਿੰਘ ਸੰਧੂ, ਤੇ ਜਿਹਨੇ ਇੱਥੇ ਉਹ ਗੁੰਡਾ ਤੰਤਰ, ਇੱਥੇ ਉਹ ਗੰਦ ਪਾਇਆ ਇੱਕ ਮਹੀਨੇ ਦੇ ਵਿੱਚ, ਸਾਡੇ ਲੋਕਾਂ ਦਾ ਜੀਣਾ ਹਰਾਮ ਕੀਤਾ, ਸਾਡੇ ਲੋਕਾਂ ਦੀ ਭਾਈਚਾਰਕ ਸਾਂਝ ਖਰਾਬ ਕਰਤੀ, ਇਹਨੇ ਤਾਂ ਭੱਜ ਜਾਣਾ ਇੱਕ ਨੂੰ, 24 ਤੋਂ ਬਾਅਦ ਲੱਭਣਾ ਨਹੀਂ। ਪਰ ਜੋ ਇੱਥੇ ਫਾਇਰ ਕਿੰਨੇ ਹੋਏ ਜੀ? ਉਹਦੇ ਲੱਗਿਆ ਇੱਕ, ਚੱਲੇ ਪਤਾ ਨਹੀਂ ਕਿੰਨੇ ਨੇ, ਉਹਦੇ ਲੱਗਿਆ ਇੱਕ। ਇਹਨੇ ਮੇਰੀ ਗੱਲ ਸੁਣੋ, ਹਜੇ ਉਹ ਡਾਕਟਰ ਟ੍ਰੀਟਮੈਂਟ ਕਰ ਰਹੇ ਨੇ, ਉਹ ਸਾਰਾ ਪਰਮਾਤਮਾ ਅੱਗੇ। ਮੈਂ ਤਾਂ ਰੋਜ਼ ਇਸ ਗੱਲ ਦੀ ਅਰਦਾਸ ਕਰਦਾ ਸੀਗਾ ਪਰਮਾਤਮਾ ਅੱਗੇ ਕਿ ਮੇਰੀ ਇਸ ਇਲੈਕਸ਼ਨ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜਾਵੇ। ਮੈਂ ਹੁਣ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਵੀ ਇਸ ਬੱਚੇ ਦੀ, ਨੌਜਵਾਨ ਦੀ ਜਾਨ ਬਚ ਜਾਵੇ। ਇਹ ਅਸੀਂ ਗੁੰਡਿਆਂ ਦੇ ਨਾਲ ਚੋਣ ਲੜੀ ਆ, ਸਰਕਾਰੀ ਗੁੰਡਾ ਤੰਤਰ ਦੇ ਨਾਲ ਚੋਣ ਲੜੀ ਆ, ਪਰਮਾਤਮਾ ਉਸ ਬੱਚੇ ਦੀ ਜਾਨ ਬਚਾਵੇ। ਉਧਰ ਅੱਜ ਫਗਵਾੜਾ ਵਿੱਚ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵੋਟ ਪਾਉਣ ਤੋਂ ਬਾਅਦ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ। ਆਪਣੀ ਪਤਨੀ ਅਨੀਤਾ ਨਾਲ ਵੋਟ ਪਾਉਣ ਪੁੱਜੇ ਸੋਮ ਪ੍ਰਕਾਸ਼ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਧਾਲੀਵਾਲ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਤੇ ਝੰਡੇ ਦੇ ਨਿਸ਼ਾਨ ਲੈ ਕੇ ਪੋਲਿੰਗ ਸਟੇਸ਼ਨ ਤੇ ਸਨ, ਜੋ ਕਿ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਧਾਲੀਵਾਲ ਵਿਰੁੱਧ FIR ਦਰਜ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਚੋਣ ਅਬਜ਼ਰਵਰ ਕੋਲ ਸ਼ਿਕਾਇਤ ਕਰੇਗੀ ਤੇ ਉਹਨਾਂ ਵਿਰੁੱਧ ਕੇਸ ਦਰਜ ਕਰਵਾਏਗੀ। ਗੁੰਡਾਗਰਦੀ ਕੀਤੀ ਕਾਂਗਰਸ ਨੇ, ਸ਼ਰਾਬ ਦਾ ਟਰੱਕ ਉਹਨਾਂ ਦਾ ਫੜਿਆ ਗਿਆ ਔਰ ਉਹਦੇ ਵਿੱਚ ਬੰਦੇ ਆਈਡੈਂਟੀਫਾਈਡ ਨੇ,
ਕਿਸੇ ਨੂੰ ਅਰੈਸਟ ਨਹੀਂ ਕੀਤਾ। SSP ਨੂੰ ਪਤਾ, SP ਨੂੰ ਪਤਾ, ਚੋਣ ਅਬਜ਼ਰਵਰ ਨੂੰ ਪਤਾ, ਪਰ ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦੀ। ਲੋਕਤੰਤਰ ਦੀ ਹੱਤਿਆ ਕਰਨ ਵਾਲੀ ਗੱਲ ਹੈ ਕਿਸੇ ਨੂੰ ਅਰੈਸਟ ਨਾ ਕਰਨਾ। ਔਰ ਜਿੱਥੇ ਕੋਈ ਡਰਾ ਦੇ ਧਮਕਾ ਦੇ ਨੇ, ਹਰ ਲਾਲ ਕਰਦੇ ਫਿਰਦੇ ਨੇ, 10-10, 20-20 ਬੰਦੇ, ਉਹਨਾਂ 'ਤੇ ਪੁਲਿਸ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥ ਰਹੀ ਹੈ। ਇਸ ਕਰਕੇ ਜੋ ਕੁਛ ਵੀ ਹੋਇਆ, ਪਰ ਮੈਂ ਸਮਝਦਾ ਲੋਕ ਐਸੀ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ। ਲੋਕ ਇਸਦਾ ਜਵਾਬ ਦੇਣਗੇ ਔਰ ਵੋਟਾਂ ਆਪਣੀ ਮਰਜ਼ੀ ਨਾਲ ਪਾਉਣਗੇ। ਉਧਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਲਬੀਰ ਸਿੰਘ ਵੀਰਾ ਨੇ ਸਿੱਧੇ ਤੌਰ ਤੇ ਮਨਪ੍ਰੀਤ ਆਲੀ ਨੂੰ ਲਲਕਾਰਿਆ ਤੇ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਹੈ। ਗਰੇਵਾਲ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਵੱਲੋਂ ਮਹਿਜ਼ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਇਹ ਪੁੱਛਿਆ ਗਿਆ ਕਿ ਇਹ ਵੀਡੀਓ ਉਹਨਾਂ ਨੇ ਬਣਾਈ ਹੈ ਜਾਂ ਨਹੀਂ, ਤਾਂ ਮਨਪ੍ਰੀਤ ਆਲੀ ਨੂੰ ਵੀ ਹੋਏ ਨੋਟਿਸ ਤੇ ਗਰੇਵਾਲ ਨੇ ਕਿਹਾ ਕਿ ਉਹਨਾਂ ਨੇ ਗਲਤੀ ਨਾਲ ਲਾਈਵ ਹੋ ਕੇ ਵੋਟਰਾਂ ਨੂੰ ਅਪੀਲ ਕੀਤੀ ਸੀ ਤੇ ਉਹਨਾਂ ਨੂੰ ਜਾਰੀ ਹੋਇਆ ਨੋਟਿਸ ਵਾਪਸ ਲੈਣਾ ਚਾਹੀਦਾ ਹੈ, ਜਦਕਿ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕੁਲਬੀਰ ਸਿੰਘ ਜ਼ੀਰਾ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਦੇਖੋ, ਇਹ ਜੋ ਨੋਟਿਸ ਕੱਢਿਆ ਟੋਟਲ ਇੱਕ ਫਰਾਡ ਹੈ। ਬਣਦਾ ਇਹ ਹੈ ਕਿ ਜਿਹੜੀ ਉਹਨਾਂ ਦੀਆਂ ਰਾਤ ਲਾਈਵ ਵੀਡੀਓ ਹੋਈਆਂ ਨੇ, ਉਹਨਾਂ ਨੇ ਉਹਨਾਂ 'ਚ ਥਰੈਟਨਿੰਗ ਕੀਤੀ ਹੈ, ਸਿੱਧੀ ਇੱਥੇ ਤੱਕ ਚੈਲੇਂਜ ਕੀਤਾ ਕਿ ਘਰੋਂ ਨਿਕਲ ਕੇ ਦਿਖਾ। ਜ਼ੀਰੇ ਨੇ ਕਿਹਾ ਕਿ ਫੈਸਲਾ ਤੇਰਾ, ਥਾਂ ਤੇਰੀ, ਸਮਾਂ ਤੇਰਾ, ਮੈਂ ਆਊਂਗਾ, ਮੈਂ ਤੈਨੂੰ ਦੇਖੂੰਗਾ। ਇਟ ਇਜ਼ ਏ ਸੀਰੀਅਸ ਕ੍ਰਿਮੀਨਲ ਓਫੈਂਸ, ਕ੍ਰਿਮੀਨਲ ਇੰਟੀਮੀਡੇਸ਼ਨ ਦਾ, ਥਰੈਟਨਿੰਗ ਏ ਪਰਸਨ ਵਿਦ ਏ ਡਾਇਰ ਕੋਨਸੀਕੁਐਂਸਿਸ, ਅਤੇ ਉਦੋਂ ਬਿਨਾਂ ਜਿਹੜਾ ਇਲੈਕਸ਼ਨ ਕੋਡ ਦਾ ਵਾਇਲੇਸ਼ਨ ਹੈ ਉਹ ਬਾਈ ਇਲੈਕਟਿਡ ਰਿਪ੍ਰਜੈਂਟੇਟਿਵਸ ਆ। ਮੈਂ ਸਮਝਦਾ ਕਿ ਇਹ ਨੋਟਿਸ ਆ ਜਿਹੜਾ ਇਹਨਾਂ ਨੇ ਇੱਕ ਫੂਕੀ ਬੰਬ ਚਲਾਇਆ ਹੈਗਾ, ਇੱਕ ਡਿਲੇਇੰਗ ਜਿਹੜਾ ਹੈਗਾ ਤਰੀਕਾ ਅਪਣਾਇਆ ਹੈਗਾ। ਸ਼੍ਰੋਮਣੀ ਅਕਾਲੀ ਦਲ ਇਹਦੇ ਨਾਲ ਬਿਲਕੁਲ ਸੈਟਿਸਫਾਈ ਨਹੀਂ। ਸਾਡੀ ਡਿਮਾਂਡ ਆ ਕਿ ਇਹਨਾਂ ਦੋਹਾਂ ਮੈਂਬਰ ਪਾਰਲੀਮੈਂਟ ਅਤੇ MLA ਦੇ ਕ੍ਰਿਮੀਨਲ ਕੇਸ ਬਣਦੀਆਂ ਧਾਰਾਵਾਂ ਹੇਠ ਰਜਿਸਟਰ ਕਰਕੇ ਇਹਨਾਂ ਨੂੰ ਤੁਰੰਤ ਅਰੈਸਟ ਕੀਤਾ ਜਾਵੇ। ਤੁਸੀਂ ਇਲੈਕਸ਼ਨ ਕਮਿਸ਼ਨ ਦੁਆਰਾ ਸ਼ਿਕਾਇਤ ਭੇਜੋਗੇ? ਅਸੀਂ ਦੁਬਾਰਾ ਕਰਾਂਗੇ, ਪੈਰਵੀ ਕਰਾਂਗੇ, ਐਂਡ ਅਸੀਂ ਇਸ ਗੱਲ ਨੂੰ ਯਕੀਨਨ ਕਰਾਂਗੇ ਕਿ ਦੋਨੋਂ ਕਾਨੂੰਨ ਦੇ ਦਾਇਰੇ ਵਿੱਚ ਲਿਆਏ ਜਾਣ। ਲੁਧਿਆਣਾ ਤੋਂ ਸੰਸਦ ਮੈਂਬਰ ਰਮਨੀਤ ਸਿੰਘ ਬਿੱਟੂ ਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਆਲੀ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨੀਤ ਬਿੱਟੂ ਤੇ ਮਨਪ੍ਰੀਤ ਆਲੀ ਖਿਲਾਫ ਇਹ ਨੋਟਿਸ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਲਈ ਜਾਰੀ ਕੀਤਾ ਗਿਆ ਹੈ। SSP ਲੁਧਿਆਣਾ ਰੂਰਲ ਵੱਲੋਂ ਦੋ ਕੋ ਨੋਟਿਸ ਜਾਰੀ ਕੀਤਾ ਗਿਆ ਹੈ। ਮੇਰੇ ਕੋਲ ਕਾਪੀ ਵੀ ਆ ਗਿਆ ਹੈ। ਇਸਮੇ ਇਹ ਲਿਖਾ ਹੁਆ ਹੈ, ਨੋਟਿਸ ਹੈਜ਼ ਬੀਨ ਸੈਂਟ ਟੂ ਸ਼੍ਰੀ ਰਵਨੀਤ ਸਿੰਘ ਬਿੱਟੂ MP ਲੁਧਿਆਣਾ ਟੂ ਜੁਆਇਨ ਦੀ ਇਨਕੁਆਇਰੀ, ਦੈਟ ਇਜ਼ ਵਨ ਰਿਪੋਰਟ। ਐਂਡ ਅਨਦਰ ਰਿਪੋਰਟ ਇਜ਼ ਨੋਟਿਸ ਹੈਜ਼ ਬੀਨ ਸੈਂਟ ਟੂ MLA ਕੁਲਬੀਰ ਸਿੰਘ ਜ਼ੀਰਾ ਟੂ ਜੁਆਇਨ ਦੀ ਇਨਕੁਆਇਰੀ। ਦੀਸ ਆਰ ਦਾ ਟੂ ਰਿਪੋਰਟਸ ਆਈ ਹੈਵ ਗਾਟ ਫਰੋਮ ਦੀ SSP ਲੁਧਿਆਣਾ ਲਾਸਟ ਮਨਪ੍ਰੀਤ ਆਲੀ ਜਿਨ੍ਹਾਂ ਨੇ ਸ਼ਿਕਾਇਤ ਕੀ ਉਨ੍ਹਾਂ ਕੋ ਵੀ ਨੋਟਿਸ ਸਰਵ ਹੋਇਆ ਕਿਉਂਕਿ ਸੇਮ ਕੋ ਵੀ ਸਰਵ ਹੋਤਾ ਹੈ ਜੋ ਸ਼ਿਕਾਇਤ ਕਰਤਾ ਹੈ। ਹੋ ਸਕਤਾ ਹੈ, ਕਿਉਂਕਿ ਇਹਦੇ ਬਾਰੇ ਮੇਰੇ ਕੋਲ ਰਿਟਨ ਰਿਪੋਰਟ ਨਹੀਂ ਹੈ। ਹੋ ਸਕਤਾ ਹੈ ਰਿਟਨ ਰਿਪੋਰਟ ਭੇਜ ਰਹੇ ਹੋਣਗੇ, ਬਟ ਰਾਈਟ ਨਾਓ ਇਨ ਮਾਈ ਹੈਂਡ ਐਟ ਮਾਈ ਹੈਂਡ ਦੀਸ ਆਰ ਦੀ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਬ੍ਰੇਕ ਤੋਂ ਬਾਅਦ TV84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦਿਆਂ ਅਗਲੀ ਖਬਰ ਵੱਲ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਪੁਰਬ ਸਮਾਗਮਾਂ ਨੂੰ ਲੈ ਕੇ ਸਰਕਾਰ ਤੇ SGPC ਵਿਚਾਲੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਅੱਜ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਗੁਰਪੁਰਬ ਮੌਕੇ ਕਰਵਾਏ ਜਾਣ ਵਾਲੇ ਸਾਰੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਟੇਜ ਤੋਂ ਹੀ ਸਾਂਝੇ ਤੌਰ ਤੇ ਕੀਤੇ ਜਾਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ SGPC ਤੇ ਸਰਕਾਰ ਵਿਚਕਾਰ ਰੇੜਕਾ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਜੋ ਵੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਜਾਵੇਗਾ ਉਹ ਸਰਕਾਰ ਨੂੰ ਮਨਜ਼ੂਰ ਹੋਵੇਗਾ। ਜੋ ਸਾਰੀਆਂ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਤੇ ਸਮੁੱਚਾ ਸੰਤ ਸਮਾਜ, ਮਹਾਂਪੁਰਸ਼ ਸਾਰਿਆਂ ਦੀ ਇਕੱਤਰਤਾ ਹੋਈ ਹੈ
ਮੈਂ ਵੀ ਇੱਕ ਨਿਮਾਣੇ ਜਿਹੇ ਸੇਵਕ ਵਜੋਂ ਇਸ ਕਤਰਦਾ ਵਿੱਚ ਸ਼ਾਮਿਲ ਹੋਇਆ। ਸੋ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹ ਸਭ ਦੇ ਲਈ ਸਰਵਉੱਚ ਹੈ। ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਪੰਜਾ ਸਿੰਘ ਸਾਹਿਬਾਂ ਨੇ ਬਲਕਿ ਜੋ ਵੀ ਸਾਨੂੰ ਆਦੇਸ਼ ਦੇਣਗੇ ਉਹਨਾਂ ਦੇ ਆਦੇਸ਼ਾਂ ਦੀ ਹੂ ਪਾਲਣਾ ਕੀਤੀ ਜਾਵੇ। ਦੇਖੋ ਅਸੀਂ ਤਾਂ ਜੋ ਵੀ ਸਾਨੂੰ ਆਦੇਸ਼ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਉਸ ਉਦੇਸ਼ ਦੇ ਫੁੱਲ ਚਾੜਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਸਟੇਜ ਦਾ ਮਸਲਾ ਸੁਲਝਾਉਣ ਵਿੱਚ ਅਸਫਲ ਰਹੇ ਨੇ। ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਪਰ ਅੱਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਬੁਲਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਵੀ ਇਸ ਗੱਲਬਾਤ ਲਈ ਮੀਟਿੰਗ ਵਿੱਚ ਸੱਦਿਆ ਸੀ। ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੇਖੇਗੀ। ਸਾਰੀਆਂ ਹੀ ਪ੍ਰਮੁੱਖ ਸ਼ਖਸੀਅਤਾਂ ਇਸੇ ਸਥਾਨ ਤੇ ਨਤਮਸਤਕ ਹੋਣਗੀਆਂ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਇਹ ਸਮਾਗਮ ਗੈਰ ਸਿਆਸੀ ਹੋਵੇਗਾ ਤੇ ਇਸ ਵਿੱਚ ਸਾਰੀਆਂ ਹੀ ਸ਼ਖਸੀਅਤਾਂ ਸਿਆਸਤ ਤੋਂ ਬਿਨਾਂ ਪੁੱਜ ਕੇ ਸਜਦਾ ਕਰਨਗੀਆਂ। ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਇਹ ਗੱਲ ਪੁੱਛੀ ਗਈ ਕਿ ਕਾਂਗਰਸ ਪਾਰਟੀ ਨਾਲ ਏਕਤਾ ਦੀ ਗੱਲ ਅਸਫਲ ਰਹੀ ਤਾਂ ਹੁਣ ਉਹ ਆਪਣੀ ਸਟੇਜ ਵੀ ਲਗਾਉਣਗੇ ਤਾਂ ਉਹਨਾਂ ਕਿਹਾ ਕਿ ਕਾਂਗਰਸ ਸਮੇਤ ਕਈ ਜਥੇਬੰਦੀਆਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸਟੇਜਾਂ ਲਗਾਈਆਂ ਜਾਣਗੀਆਂ। ਸਿਰਫ ਇੱਕ ਹੀ ਅਪੀਲ ਹੈ ਕਿ ਸਟੇਜ ਕੋਈ ਵੀ ਲਗਾ ਸਕਦਾ ਹੈ ਪਰ ਉਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਹਨਾਂ ਦੇ ਫਲਸਫੇ ਦੀ ਹੀ ਗੱਲ ਕੀਤੀ ਜਾਵੇ। ਇੱਕ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਆ ਰਿਹਾ ਉਹਦੇ ਸੰਬੰਧੀ ਸਾਰੀਆਂ ਜਥੇਬੰਦੀਆਂ ਸਾਰੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀਆਂ ਰਾਵਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਗਈਆਂ ਅਤੇ ਸਭ ਨੇ ਇੱਕ ਮੱਤ ਹੋ ਕੇ ਰਾਏ ਜਿਹੜੀ ਦਿੱਤੀ ਹੈ ਉਹ ਇਹ ਦਿੱਤੀ ਹੈ ਕਿ ਸਟੇਜ ਜਿਹੜੀ ਹੈ ਉਹ ਗੁਰਦੁਆਰਾ ਬਾਬਾ ਬੇਰ ਸਾਹਿਬ ਦੀ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਮੁੱਚਾ ਉਹਦਾ ਪ੍ਰਬੰਧ ਕਰੇਗੀ। 1 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਸ ਸਟੇਜ ਦੇ ਉੱਤੇ ਹੀ ਸਾਰੇ ਗੁਰਮਤਿ ਸਮਾਗਮ ਜਿਹੜੇ ਆ ਉਹ ਕੀਤੇ ਜਾਣਗੇ। ਅੰਮ੍ਰਿਤ ਵੇਲੇ ਜਿਹੜਾ ਹੈ ਨਿਤਨੇਮ ਹੋਏਗਾ, ਫਿਰ ਆਸਾ ਦੀ ਵਾਰ ਦਾ ਕੀਰਤਨ ਹੋਏਗਾ, ਉਸ ਤੋਂ ਬਾਅਦ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਲੀਕੇ ਨੇ ਉਹ ਕੀਤੇ ਜਾਣਗੇ। 12 ਤਰੀਕ ਨੂੰ ਜਿਹੜਾ ਬਹੁਤ ਵੱਡਾ 11-12 ਨੂੰ ਬਹੁਤ ਵੱਡਾ ਗੁਰਮਤਿ ਸਮਾਗਮ ਹੋਏਗਾ। ਉਸੇ ਮੰਚ ਦੇ ਉੱਤੇ ਰਾਸ਼ਟਰਪਤੀ ਸਾਹਿਬ ਆਉਂਦੇ ਨੇ, ਪ੍ਰਧਾਨ ਮੰਤਰੀ ਆਉਂਦੇ ਨੇ, ਮੁੱਖ ਮੰਤਰੀ ਆਉਂਦੇ ਨੇ, ਕੋਈ ਵੀ ਜਿਹੜਾ ਆਉਂਦਾ ਹੈ ਉਹਦਾ ਜਿਹੜਾ ਮਾਣ ਸਤਿਕਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ। ਜਿੰਨੀਆਂ ਸੰਪਰਦਾਵਾਂ, ਸਭਾ ਸੁਸਾਇਟੀਆਂ, ਸੰਗਤਾਂ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਉਸ ਦਿਨ ਗੁਰੂ ਪੰਥ ਦੀ ਜਿਹੜੀ ਹੈ ਸਟੇਜ ਜਿਹੜੀ ਹੈ, ਗੁਰੂ ਨਾਨਕ ਸਾਹਿਬ ਦੀ ਜਿਹੜੀ ਸਟੇਜ ਹੈ ਉਹਦੇ 'ਤੇ ਬੈਠ ਕੇ ਆਪਾਂ ਨੇ ਕਥਾ ਕੀਰਤਨ ਸੁਣਨਾ। ਬਾਕੀ ਜਿਹੜੀਆਂ ਹੋਰ ਸਟੇਜਾਂ ਜਿਹੜੀਆਂ ਲੱਗ ਰਹੀਆਂ ਨੇ, ਚਾਹੇ ਉਹ ਸਰਕਾਰ ਵੱਲੋਂ ਲੱਗ ਰਹੀਆਂ ਨੇ ਜਾਂ ਸੰਤ ਮਹਾਂਪੁਰਸ਼ ਆਪਣੇ ਆਪਣੇ ਲੈਵਲ 'ਤੇ ਲਾ ਰਹੇ ਨੇ, ਅਤੇ ਉਹਨਾਂ ਨੂੰ ਇੰਨੀ ਕੁ ਹਦਾਇਤ ਕੀਤੀ ਗਈ ਹੈ ਕਿ ਆਪਣੀਆਂ ਆਪਣੀਆਂ ਸਟੇਜਾਂ ਦੇ ਉੱਤੇ ਕੇਵਲ ਅਤੇ ਕੇਵਲ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉੱਤੇ ਹੀ ਚਰਚਾ ਹੋਵੇ। ਹੋਰ ਕੋਈ ਗੱਲਬਾਤ ਜਿਹੜੀ ਹੈ ਸਿਆਸਤ ਵਗੈਰਾ ਦੀ ਜਿਹੜੀ ਆ ਉਹ ਬਿਲਕੁਲ ਨਾ ਕੀਤੀ ਜਾਵੇ। ਹਰ ਬਸ ਇਹੋ ਹੀ ਹੈ ਕਿ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਬਾਬਾ ਬੇਰ ਸਾਹਿਬ, ਉਹਦੀ ਜਿਹੜੀ ਸਟੇਜ ਜਿਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਉਹਦੇ 'ਤੇ ਆਉਣ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਜਿਹੜਾ ਵੀ ਆਉਂਦਾ, ਮੁੱਖ ਮੰਤਰੀ ਆਉਂਦਾ, ਪ੍ਰਧਾਨ ਮੰਤਰੀ ਆਉਂਦਾ, ਰਾਸ਼ਟਰਪਤੀ ਆਉਂਦਾ, ਜਿਹੜਾ ਵੀ ਆਉਂਦਾ ਉਹਦਾ ਮਾਣ ਸਤਿਕਾਰ ਜਿਹੜਾ ਹੈ ਉਹ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਔਰ ਸਟੇਜ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਾਹਬਾਨੀ ਹੋਏਗੀ। ਅਸੀਂ ਨਹੀਂ ਚਾਹੁੰਦੇ ਕਿ ਸਟੇਜ ਜਿਹੜੀ ਹੈ ਗੁਰੂ ਪੰਥ ਦੀ ਉਹ ਕਿਸੇ ਹੋਰ ਰੰਗ ਦੇ ਵਿੱਚ ਰੰਗੀ ਜਾਵੇ, ਕੇਵਲ ਅਤੇ ਕੇਵਲ ਉੱਥੇ ਪੰਥਕ ਰੰਗ ਜਿਹੜਾ ਹੈ ਉਹ ਨਜ਼ਰ ਆਉਣਾ ਚਾਹੀਦਾ ਅਤੇ ਸਿਆਸਤ ਤੋਂ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ ਸਟੇਜ। ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ ਵੀ ਕਸੂਤਾ ਫਸਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਿੱਖਾਂ ਦੀ ਕਰਤਾਰਪੁਰ ਲਾਂਘੇ ਦੀ ਯਾਤਰਾ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਸਰਕਾਰ ਤੇ ਸ਼੍ਰੋਮਣੀ ਕਮੇਟੀ ਤੋਂ ਅਜਿਹੀ ਹੀ ਮੰਗ ਕਰਨ ਲੱਗੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਾਂਗ ਹੀ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਅਰੋੜਾ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਐਲਾਨ ਕੀਤਾ ਹੈ ਕਿ ਦਿੱਲੀ ਦਾ ਵਸਨੀਕ ਜਿਹੜਾ ਵੀ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦਾ ਹੈ, ਉਸ ਦੇ ਆਉਣ ਜਾਣ ਦਾ ਪੂਰਾ ਖਰਚਾ ਤੇ ਪਾਕਿਸਤਾਨ ਸਰਕਾਰ ਵੱਲੋਂ ਰੱਖੀ ਗਈ $20 ਫੀਸ ਵੀ ਕੇਜਰੀਵਾਲ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ। ਅਮਨ ਅਰੋੜਾ ਨੇ ਕਿਹਾ ਕਿ ਇਸੇ ਤਰਜ਼ ਤੇ ਇਹ ਤਿੰਨੇ ਵੀ ਆਪਣਾ ਫਰਜ਼ ਨਿਭਾਉਣ। ਜਦਕਿ ਦੂਜੇ ਪਾਸੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਉੱਤੇ $20 ਫੀਸ ਰੱਖੇ ਜਾਣ ਤੇ ਬਿਆਨਬਾਜ਼ੀਆਂ ਰੁਕਣ
ਤੇ ਹੁਣ ਬਾਦਲ ਪਰਿਵਾਰ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿਸਤਾਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਬੀਬੀ ਬਾਦਲ ਨੇ ਕਿਹਾ ਕਿ ਪਾਕਿਸਤਾਨ ਨੂੰ ਸਿੱਖ ਸ਼ਰਧਾਲੂਆਂ ਦੇ ਜਜ਼ਬਾਤਾਂ ਨੂੰ ਧੰਦਾ ਨਹੀਂ ਬਣਾਉਣਾ ਚਾਹੀਦਾ, ਲਾਂਘੇ ਲਈ ਕੋਈ ਫੀਸ ਨਹੀਂ ਰੱਖਣੀ ਚਾਹੀਦੀ। ਹਰਸਿਮਰਤ ਮੁਤਾਬਕ ਜੇ ਭਾਰਤ ਪਾਕਿਸਤਾਨ ਤੋਂ ਆਉਣ ਵਾਲੇ ਕਿਸੇ ਸ਼ਰਧਾਲੂ ਤੋਂ ਕੋਈ ਫੀਸ ਨਹੀਂ ਲੈਂਦਾ ਤਾਂ ਪਾਕਿਸਤਾਨ ਨੂੰ ਵੀ ਇਹ ਫੀਸ ਨਹੀਂ ਲੈਣੀ ਚਾਹੀਦੀ। ਉਹ ਹਰੇਕ ਦੇ ਮਨ 'ਚ ਇਹ ਭਾਵਨਾ ਸੀਗੀ ਕਿ ਅਸੀਂ ਜਿੱਥੇ ਗੁਰੂ ਸਾਹਿਬ ਦੇ ਧੰਨਵਾਦੀ ਹਾਂ ਉੱਥੇ ਆਪਾਂ ਕਿਤੇ ਨਾ ਕਿਤੇ ਪਾਕਿਸਤਾਨ ਸਰਕਾਰ ਦੇ ਵੀ ਅਸੀਂ ਧੰਨਵਾਦੀ ਸੀਗੇ ਕਿ ਸਾਨੂੰ ਆਪਣੇ ਧਾਰਮਿਕ ਸਥਾਨਾਂ 'ਚ ਦਰਸ਼ਨ ਦੀਦਾਰ ਬਖਸ਼ ਰਹੇ ਨੇ, ਮੌਕਾ ਦੇ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ। ਲੇਕਿਨ ਕਰਤਾਰਪੁਰ ਸਾਹਿਬ ਦੇ ਲਾਂਘੇ ਸ਼ੁਰੂ ਹੋਣ ਤੋਂ ਪਹਿਲੇ ਜਦ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਅਸੀਂ ਗੁਗਲੀ ਛੱਡੀ ਹੈ, ਉਸ ਟਾਈਮ ਵੀ ਸਿੱਖਾਂ ਨੂੰ ਠੇਸ ਲੱਗੀ ਸੀ। ਅਤੇ ਹੁਣ ਜਦ $20 ਹਰੇਕ ਤੋਂ ਚਾਰਜ ਕਰਨ ਦਾ ਪਾਕਿਸਤਾਨ ਦੀ ਸਰਕਾਰ ਇਹਦੇ ਉੱਤੇ ਅੜੀ ਹੋਈ ਹੈ, ਬਲਕਿ ਪਰਸੋਂ ਵੀ ਜਿਹੜਾ ਪ੍ਰਧਾਨ ਮੰਤਰੀ ਜੀ ਨੇ 8 ਤਰੀਕ ਨੂੰ ਉਦਘਾਟਨ ਕਰਤਾਰਪੁਰ ਸਾਹਿਬ ਦਾ ਕਰਨਾ ਸੀ, ਇਹ ਪਾਕਿਸਤਾਨ ਦੇ ਇਸ $20 ਵਾਲੀ ਗੱਲ 'ਚ ਆ ਕੇ ਅਟਕਣ ਕਰਨ ਹੀ ਪ੍ਰਧਾਨ ਮੰਤਰੀ ਜੀ ਨੂੰ ਹੁਣ 9 ਤਰੀਕ ਤਾਂ ਆਪਣਾ ਅੱਗੇ ਕਰਨਾ ਪਿਆ ਉਦਘਾਟਨ ਦੀ ਤਰੀਕ। ਕਿਉਂਕਿ $20 ਦੇਖਿਆ ਜਾਈਏ ਇਹ 1400-1500 ਰੁਪਏ ਹਰੇਕ ਗਰੀਬ ਦੇ ਪਹੁੰਚ ਤਾਂ ਹੀ ਕਿੱਥੇ, ਕਿਉਂਕਿ ਜੇ ਆਪਣੇ ਬਜ਼ੁਰਗ ਮਾਪਿਆਂ ਨੂੰ ਉੱਥੇ ਦਰਸ਼ਨ ਦੀਦਾਰ ਕਰਾਉਣਾ ਹੈ, ਜੇ ਪਰਿਵਾਰ ਦੇ ਚਾਰ ਜੀ ਜਾਂਦੇ ਨੇ, 5-6 ਹਜ਼ਾਰ ਆ ਹੋ ਗਿਆ, ਬੰਦਾ ਆਪਦੇ ਘਰੋਂ ਚੱਲਦਾ ਹੈਗਾ, ਆਉਣ ਜਾਣ ਦਾ ਚਾਰ ਜੀਆਂ ਦਾ ਕਿਰਾਇਆ ਹੁੰਦਾ ਹੈ, ਉੱਥੇ ਜਾ ਕੇ ਮੱਥਾ ਟੇਕਦਾ ਹੈ, ਸਾਰਾ ਕੁਛ ਜੋੜ ਕੇ ਜੇ 10 ਹਜ਼ਾਰ ਤਾਂ ਜਿਹੜੇ ਬੰਦੇ ਕੋਲ ਪੈਸੇ ਇਕੱਲੇ ਉਹ ਹੀ ਜਾ ਸਕਦੇ ਨੇ, ਤਾਂ ਉਹ ਵਿਚਾਰਾ ਗਰੀਬ ਜਿਹੜਾ ਮਸਾਂ ਸਵੇਰ ਦੀ ਰੋਟੀ ਖਾਂਦਾ ਹੈ ਉਹ ਕਿੱਥੇ ਨਸੀਬ ਹੋ ਪਾਊਗਾ। ਅਤੇ ਕਿਸੇ ਨੂੰ ਆਪਣੇ ਗੁਰੂ ਘਰ ਦੇ ਦਰਸ਼ਨ ਦੀਦਾਰ ਤੋਂ ਵਾਂਝਾ ਰੱਖਿਆ ਜਾਏ, ਕਿਉਂਕਿ ਉਹਦੇ ਕੋਲ ਮਾਲੀ ਸਹਾਇਤਾ ਨਹੀਂ ਹੈਗੀ, ਇਸ ਤੋਂ ਹੋਰ ਨੀਚ ਚੀਜ਼ ਕੀ ਹੋ ਸਕਦੀ ਕਿ ਦੁਨੀਆ 'ਚ ਕੋਈ ਵੀ ਧਾਰਮਿਕ ਸਥਾਨ ਨਹੀਂ ਹੈਗਾ ਜਿੱਥੇ ਫੀ ਲਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਧਰਮ ਦੇ ਉੱਤੇ ਨਖਮਸਤਕ ਹੋ ਸਕੋ। ਅਤੇ ਪਾਕਿਸਤਾਨ ਇਹੋ ਜਿਹੀ ਜੇ ਸੋਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੇ ਕਹਿ ਰਹੇ ਨੇ ਕਿ ਇਹਦੇ ਨਾਲ ਪਾਕਿਸਤਾਨ ਦੀ ਇਕੋਨਮੀ ਵਧੂਗੀ ਅਤੇ ਵਿਦੇਸ਼ੀ ਮੁਦਰਾ ਆਊਗੀ, ਫਿਰ ਇਹਨਾਂ ਨੇ ਤਾਂ ਸਾਡੇ ਭਾਵਨਾਵਾਂ ਦੇ ਉੱਤੇ ਮੁੱਲ ਪਾ ਕੇ ਇਹਨਾਂ ਨੇ ਤਾਂ ਧੰਦਾ ਬਣਾਤਾ। ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਸੰਗਰੂਰ ਪੁੱਜਾ, ਜਿੱਥੇ ਸਿੱਖ ਸੰਗਤ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਦਾ ਨਿੱਘਾ ਸਵਾਗਤ ਕੀਤਾ। ਇੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜਿੱਥੇ ਪਾਲਕੀ ਸਾਹਿਬ ਉੱਤੇ ਫੁੱਲਾਂ ਦੀ ਵਰਖਾ ਕੀਤੀ, ਉੱਥੇ ਲੰਗਰ ਲਗਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਦਿੱਤਾ। ਨਗਰ ਕੀਰਤਨ ਜਿਵੇਂ ਹੀ ਸੰਗਰੂਰ ਪੁੱਜਾ, ਮੁਸਲਿਮ ਭਾਈਚਾਰੇ ਨੂੰ ਚਾਹ ਚਾੜੀਆ ਤੇ ਉਹ ਸਵਾਗਤ ਲਈ ਸੜਕ ਤੇ ਆ ਗਿਆ। ਲੰਗਰ ਦਾ ਪ੍ਰਬੰਧ ਕੀਤਾ ਗਿਆ। ਭਾਈਚਾਰੇ ਦੀ ਇਸ ਪਹਿਲ ਦੀ ਹਰ ਜਗ੍ਹਾ ਵਾਹਵਾ ਹੋ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਨੇ ਉਹ ਹਰ ਧਰਮ ਦਾ ਸਤਿਕਾਰ ਕਰਦੇ ਸਨ, ਇਸੇ ਲਈ ਅਸੀਂ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅੱਗੇ ਆਏ ਹਾਂ। ਮੁਸਲਿਮ ਬੱਚਿਆਂ ਨੇ ਵੀ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਸ਼ਹਿਰ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਾਏ। ਸਰ, ਇਹ ਤਿਆਰੀ ਜਬ ਹਮੇ ਇਹ ਪਤਾ ਚਲਾ ਕਿ ਸੰਗਰੂਰ ਸ਼ਹਿਰ ਕੇ ਅੰਦਰ ਇੰਟਰਨੈਸ਼ਨਲ ਨਗਰ ਕੀਰਤਨ ਜੋ ਗੁਰੂ ਨਾਨਕ ਦੇਵ ਜੀ ਕੇ 550ਵੇਂ ਪ੍ਰਕਾਸ਼ ਪਰਬ ਕੇ ਮੌਕੇ ਪਰ ਸੰਗਰੂਰ ਸ਼ਹਿਰ ਮੇ ਆ ਰਹਾ ਹੈ, ਤੋ ਹਮਨੇ ਆਪਣੀ ਤਮਾਮ ਮੁਸਲਿਮ ਭਾਈਚਾਰੇ ਸੇ ਮਸ਼ਵਰਾ ਕਰਕੇ ਔਰ ਉਨਸੇ ਬਾਤਚੀਤ ਕਰਕੇ ਉਸਕੇ ਇਸਤਕਬਾਲ ਕੇ ਲੀਏ, ਉਸਕੇ ਵੈਲਕਮ ਕੇ ਲੀਏ ਖੁਦ ਆਪਣੇ ਤਮਾਮ ਭਾਈਚਾਰੇ ਮੇਂ ਇਸਕੀ ਬਾਤ ਕੋ ਚਲਾਇਆ ਔਰ ਤਮਾਮ ਬੱਚੋਂ ਕੋ ਆਪਣੇ ਇਸਕੇ ਬਾਰੇ ਮੇਂ ਬਤਾਇਆ। ਜਬਕਿ ਇਸਸੇ ਪਹਿਲੇ ਹਮ ਉਨਕੀ ਉਨਕੇ ਜੀਵਨ ਕੇ ਬਾਰੇ ਮੇਂ ਇੱਕ ਪ੍ਰੋਗਰਾਮ ਇਸਸੇ ਪਹਿਲੇ ਕਰ ਚੁੱਕੇ ਥੇ, ਜਿਸਕੇ ਅੰਦਰ ਸਿੱਖ ਭਾਈਚਾਰੇ ਕੇ ਲੋਗੋਂ ਨੇ ਆ ਕਰਕੇ ਗੁਰੂ ਨਾਨਕ ਦੇਵ ਜੀ ਕੀ ਜ਼ਿੰਦਗੀ ਕੇ ਬਾਰੇ ਮੇਂ ਬਤਾਇਆ ਥਾ, ਬੱਚੋਂ ਕੋ ਹਮਾਰੇ ਸਾਹਮਣੇ ਕੇ ਵੋ ਉਨ੍ਹੋਂਨੇ ਕਿਸ ਤਰ੍ਹਾਂ ਸੇ ਜ਼ਿੰਦਗੀ ਗੁਜ਼ਾਰੀ ਔਰ ਕਿਆ ਕੀਆ, ਤੋ ਉਸੀ ਚੀਜ਼ ਕੋ ਸਾਹਮਣੇ ਰੱਖ ਕਰਕੇ ਹਮਨੇ ਆਪਣੇ ਬੱਚੋਂ ਕੋ ਤਿਆਰ ਕੀਆ, ਉਨ ਬੱਚੋਂ ਨੇ ਇਸਤਕਬਾਲ ਕੇ ਲੀਏ ਬੈਨਰ ਲਗਾਏ ਔਰ ਤਮਾਮ ਮੁਸਲਿਮ ਭਾਈਚਾਰੇ ਕੇ ਲੋਗ ਯਹਾਂ ਪਰ ਇਕੱਠਾ ਹੋ ਕਰਕੇ ਧਰਮ ਸੇ ਉੱਪਰ ਉੱਠ ਕਰਕੇ ਜ਼ਾਤ ਪਾਤ ਸੇ ਹਟ ਕਰਕੇ ਔਰ ਇਨਸਾਨੀਅਤ ਕੋ ਅਪਣਾਤੇ ਹੋਏ ਸਭੀ ਲੋਗ ਇਸ ਇਸਤਕਬਾਲ ਕੇ ਲੀਏ ਉਨਕੇ ਯਹਾਂ ਪਰ ਹਾਜ਼ਰ ਹੋਏ ਔਰ ਆਪ ਦੇਖ ਰਹੇ ਹੈ ਕਿ ਪੂਰੇ ਜ਼ੋਰ ਸ਼ੋਰ ਕੇ ਸਾਥ ਉਨਕੇ ਇਸਤਕਬਾਲ ਕੇ ਲੀਏ ਯਹਾਂ ਪਰ ਮੌਜੂਦ ਹੈ ਔਰ ਕੇ ਲੀਏ ਇੱਕ ਬਿਹਤਰੀਨ ਸਬਕ ਕਾ ਮੌਕਾ ਹੈ ਕਿ ਜੋ ਲੋਗੋ ਕੋ ਆਪਸ ਮੇਂ ਨਫ਼ਰਤ ਕੀ ਬਾਤੇਂ ਫੈਲਾ ਕਰਕੇ ਲੜਾਨੇ ਕੀ ਕੋਸ਼ਿਸ਼ ਕਰ ਰਹੇ ਹੈ, ਇਹ ਪੂਰੇ ਵਰਲਡ ਮੇਂ ਇਹ ਇੱਕ ਪੈਗਾਮ ਔਰ ਇਹ ਇੱਕ ਮੈਸੇਜ ਜਾਏਗਾ ਕਿ ਨਹੀਂ, ਪੰਜਾਬ ਕੇ ਅੰਦਰ ਔਰ ਪੂਰੇ ਮੁਲਕ ਕੇ ਅੰਦਰ ਖਾਸ ਤੌਰ ਪਰ ਜੋ ਬਸਨੇ ਵਾਲੀ ਤਮਾਮ ਜ਼ਾਤੀਆਂ ਹੈ, ਚਾਹੇ ਉਹ ਹਿੰਦੂ ਹੋਂ ਜਾਂ ਮੁਸਲਿਮ ਹੋਂ ਜਾਂ ਸਿੱਖ ਹੋਂ ਜਾਂ ਈਸਾਈ ਹੋਂ, ਆਜ ਵੀ ਆਪਸੀ ਪਿਆਰੋ ਮੁਹੱਬਤ ਕੇ ਮੁਹਤਾਜ ਹੈ ਔਰ ਪੂਰੇ ਮੁਲਕ ਮੇਂ ਇਸੀ ਪਿਆਰੋ ਮੁਹੱਬਤ ਕੇ ਸਾਥ ਰਹਿਣੇ ਕੋ ਪਸੰਦ ਕਰਦੇ ਹੈ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਭਰਾਵਾਂ ਦੇ ਢਾਬੇ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਹੈਰੀਟੇਜ ਸਟਰੀਟ ਤੱਕ ਮੁਫ਼ਤ ਵਾਈਫਾਈ ਸੁਵਿਧਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਔਜਲਾ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਅੰਮ੍ਰਿਤਸਰ ਵਿਖੇ ਆਉਂਦੇ ਨੇ ਤੇ ਉਹਨਾਂ ਦੀ ਸਹੂਲਤ ਲਈ ਹੈਰੀਟੇਜ ਸਟਰੀਟ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਮੁਫ਼ਤ ਵਾਈਫਾਈ ਦੀ ਸੁਵਿਧਾ ਸੰਗਤ ਨੂੰ ਉਪਲਬਧ ਹੋਵੇਗੀ।
दिल्ली के तुगलकाबाद विच रविदास मंदिर के मामले से सुप्रीम कोर्ट वालों लाए गए फैसले का भाजपा आगू विजय सांपला ने स्वागत किया है। उन्होंने कहा कि इस फैसले को लेकर वह सारियां नूं बधाई देते हैं। उन्होंने कहा कि सुप्रीम कोर्ट वालों कहा गया है कि जिस स्थान पर पहला मंदिर सी उस स्थान पर ही मंदिर का निर्माण किया जाएगा। इस मंदिर के निर्माण लिए केंद्र सरकार 400 वर्ग मीटर जमीन देगी। सुप्रीम कोर्ट ने कुछ शर्तों नाल रविदास मंदिर की 400 वर्ग मीटर जमीन सरकार वालों बनाई जाने वाली कमेटी को सौंपण दे केंद्र सरकार के प्रस्ताव को मंजूरी दे दी है। हमारे मानयोग प्रधानमंत्री नरेंद्र मोदी जी और अमित शाह जी ने एक समाज के साथ वादा किया था कि वह मंदिर उसी स्थान पर बनाएंगे और पिछले दिनों जब उन्होंने सुप्रीम कोर्ट में एक आश्वासन दिया वो सहमति दी थी कि सरकार वही मंदिर बनाने के लिए एग्री है तो उसी सहमति के ऊपर अनुसार माननीय सुप्रीम कोर्ट ने उसको स्वीकार करते हुए आज आदेश दिया है कि मंदिर गुरु रविदास महाराज जी का मंदिर उसी स्थान पे जहां पर पहले ध्वस्त किया गया था उसी स्थान पर ही बनेगा और जो पहले एक सुनने में आया था कि 200 वर्ग मीटर में ही बनेगा मगर अब उसकी जमीन दुगनी की जा रही है 400 वर्ग मीटर में वो मंदिर बनेगा और उसके साथ साथ वो जो समाधियां थी उनको वैसे ही पहले की भांति ही बनाया जाएगा। तालाब भी बनेगा, तालाब में एक गुरु रविदास महाराज जी की मूर्ति भी लगेगी और उस 20-25 एकड़ को बाद में सरकार गुरु रविदास महाराज जी के उपवन के रूप में उस पार्क को डेवलपिंग करेगी और इसके लिए मैं जो आज आदेश आया है कि गुरु रविदास महाराज जी का मंदिर वहीं बनेगा उसके लिए मान जो सुप्रीम कोर्ट के आदेशों की जहां हम सलाघा करते हैं। जिला लुधियाना के हलका पायल के पिंड कणगस के कांगसिया ने ही कैप्टन सरकार की नशाबंदी के दावे से सवाल चुक दिते ने। कणगस के कांगसी आगू के सबका सरपंच ने कैप्टन सरकार के दावे की पोल खोल के रख दी है। सबका सरपंच ने नशे को लेकर हैरानीजनक खुलासे किए हैं। सबका सरपंच के उसके साथियों का कहना है कि पिंड विच नशे की भरमार है ते पिंड के 65% नौजवान नशे की दलदल विच तस चुके ने। नाल ही उन्होंने चिंता जताई ते कहा कि जेकर सरकार ने इस नूं गंभीरता नाल नहीं लिया तो सूबे के हालात होर भी बदतर हो जाएंगे। दरअसल पिंड किला हंस के एक 29 साल नौजवान जो कि पिंड का नंबरदार भी सी नूं नशे ने निगल लिया सी जिस तों बाद पीड़ित परिवार ने पिंड कणगस के निवासियों से ही नशा वेचण के इल्जाम लगाए सन। साडे पिंड चिट्टा बहुत ज्यादा बिक रहा मतलब ਕਿਸੇ ਨੂੰ ਕਿਤੇ ਜਾਣ ਦੀ ਲੋੜ ਨੀ ਪੈਂਦੀ ਅਗਲੇ ਘਰੇ ਪਹੁੰਚਾਉਂਦੇ ਕੈਪਟਨ ਸਾਹਿਬ ਦੇ ਅਸੀਂ ਕੈਪਟਨ ਸਾਹਿਬ ਦੇ ਹਮਾਇਤੀਆਂ ਕੈਪਟਨ ਸਾਹਿਬ ਨੂੰ ਵੋਟਾਂ ਪਾਈਆਂ ਨੇ ਇਸੇ ਬੇਸ ਤੇ ਵੱਧ ਪਾਈਆਂ ਨੇ ਪਹਿਲਾਂ ਤਾਂ ਅਸੀਂ ਪਾਉਂਦੇ ਹਾਂ ਕੈਪਟਨ ਸਾਹਿਬ ਦੇ ਅਸੀਂ ਮਰੀਜ਼ ਹਾਂ ਪਰ ਕੈਪਟਨ ਨੇ ਪੱਠਾ ਬਿਠਾ ਲਿਆ ਇਸ ਟਾਈਮ ਤੇ ਗੁਟਕੇ ਦੀ ਸਹੁੰ ਖਾ ਕੇ ਮੁੱਕਰ ਗਏ। ਕਪਾਹ ਦੀ ਫਸਲ ਦਾ ਭਾਅ ਪੂਰਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਏਕਤਾ ਸਿੱਧਪੁਰ ਵੱਲੋਂ ਅੱਜ ਬਠਿੰਡਾ CCI ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਦੀ CCI ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਏ। ਉਹਨਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੰਡੀਆਂ ਵਿੱਚ ਬੈਠੇ ਵਪਾਰੀ ਆਪਸ ਵਿੱਚ ਰਲੇ ਹੋਏ ਨੇ ਜਿਸ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਕਪਾਹ ਦੀ ਫਸਲ ਦਾ ਸਰਕਾਰੀ ਰੇਟ 54,500 ਹੈ ਪਰ ਇਸ ਦੇ ਬਾਵਜੂਦ ਮੰਡੀਆਂ ਵਿੱਚ ਕਿਸਾਨਾਂ ਦੀ ਕਪਾਹ ਦੀ ਫਸਲ ਨੂੰ 1,000 ਤੋਂ 1,200 ਰੁਪਏ ਦੇ ਘੱਟ ਭਾਅ ਵਿੱਚ ਖਰੀਦਿਆ ਜਾ ਰਿਹਾ ਏ। ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਫਸਲਾਂ ਦਾ ਪੂਰਾ ਭਾਅ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਸਾਊਦੀ ਅਰਬ ਵਿੱਚ ਫਸੇ ਪੰਜਾਬੀਆਂ ਦੀ ਇੱਕ ਹੋਰ ਦਰਦ ਭਰੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋ ਨੌਜਵਾਨ ਹਾੜੇ ਪਾ ਰਹੇ ਨੇ ਕਿ ਉਹਨਾਂ ਨੂੰ ਵਾਪਸ ਆਪਣੀ ਮਿੱਟੀ ਤੇ ਕਿਸੇ ਤਰੀਕੇ ਨਾਲ ਲਿਆਇਆ ਜਾਵੇ। ਉਹਨਾਂ ਦੱਸਿਆ ਕਿ ਇੱਥੇ ਉਹਨਾਂ ਤੋਂ ਵੱਧ ਕੰਮ ਲਿਆ ਜਾਂਦਾ ਏ ਤੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਤੇ ਬੇਰਹਿਮੀ ਨਾਲ ਕੁੱਟਿਆ ਵੀ ਜਾ ਰਿਹਾ ਏ। ਇਹਨਾਂ ਪੰਜਾਬੀਆਂ ਵਿੱਚੋਂ ਇੱਕ ਦਾ ਨਾਮ ਹਰਪ੍ਰੀਤ ਤੇ ਦੂਜੇ ਦਾ ਨਾਮ ਗੁਰਵਿੰਦਰ ਸਿੰਘ ਹੈ। ਹਰਪ੍ਰੀਤ ਅੰਮ੍ਰਿਤਸਰ ਦੇ ਪਿੰਡ ਦਾਲਾਮ ਦਾ ਤੇ ਗੁਰਵਿੰਦਰ ਰੋਪੜ ਦਾ ਰਹਿਣ ਵਾਲਾ ਏ। ਪੀੜਤ ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਸਾਲ 2018 ਵਿੱਚ ਆਪਣੇ ਪੁੱਤਰ ਨੂੰ ਸਾਊਦੀ ਅਰਬ ਭੇਜਿਆ ਸੀ ਤਾਂ ਜੋ ਉਹ ਘਰ ਦੀ ਗਰੀਬੀ ਦੂਰ ਕਰ ਸਕੇ ਪਰ ਉੱਥੇ ਹਰਪ੍ਰੀਤ ਤੇ ਹੁੰਦੇ ਤਸ਼ੱਦਦ ਨੇ ਤਾਂ ਪਰਿਵਾਰ ਤੇ ਕਹਿਟਾ ਦਿੱਤਾ ਏ। ਉਹ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਕਈ ਚਿੱਠੀਆਂ ਪਾ ਚੁੱਕੇ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸਾਊਦੀ ਅਰਬ ਦੇ ਵਿੱਚ ਬੋਲਦਾ ਜੀ, ਮੇਰਾ ਨਾਂ ਹਰਪ੍ਰੀਤ ਸਿੰਘ ਹੈ ਜੀ, ਮੇਰੇ ਫਾਦਰ ਦਾ ਨਾਂ ਸਰਦਾਰ ਸੁਰਜੀਤ ਸਿੰਘ ਹੈ ਜੀ, ਮੇਰਾ ਪਿੰਡ ਦਾਲਮ ਹੈ ਜੀ। ਮੈਂ ਤਾਂ ਸਾਊਦੀ ਅਰਬ ਕੈਨਵੇ ਦੇ ਥਰੂ ਆਇਆ ਸੀਗਾ ਜੀ ਅਤੇ ਕਹਿਣ ਵਾਲੇ ਨੇ ਗਾਹ ਸਾਨੂੰ ਫਾਜ਼ਿਲਕੇ ਵਾਲੇ ਕੋਲ ਭੇਜਿਆ ਜੀ, ਬੰਬੇ ਵਾਲੇ ਫਾਜ਼ਿਲਕੇ ਵਾਲੇ, ਅਤੇ ਉੱਥੋਂ ਆਉਂਦੇ ਵੀ ਤੁਹਾਡੀ ਟਿਕਟ ਪਾਸਪੋਰਟ ਮਿਲਣੀ ਆ ਜੀ ਸਾਨੂੰ। ਉੱਥੋਂ ਉਹਨਾਂ ਨੇ ਕੰਪਨੀ ਕਹਿਣ ਵਾਲੇ ਨੇ ਹੋਰ ਦੱਸੀ ਆ ਅਤੇ ਬੰਬੇ ਵਾਲੇ ਨੇ ਹੋਰ ਦੱਸੀ ਆ। ਉਸ ਤੋਂ ਬਾਅਦ ਸਾਨੂੰ ਇੱਥੇ ਜਾ ਕੇ ਸਾਊਦੀ ਦੇ ਵਿੱਚ ਆ ਕੇ ਸਾਊਦੀ ਕੋਲ ਛੱਡਿਆ ਗਿਆ ਜੀ। ਹੜਾਂ ਦੇ ਧੱਕਾ ਹੁੰਦਾ ਵਾ, ਕੁੱਟਮਾਰ ਹੁੰਦੀ ਆ।
ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ। ਦਾਖਾ ਤੇ ਜਲਾਲਾਬਾਦ ਵਿੱਚ ਹੋਈਆਂ ਹਿੰਸਕ ਝੜਪਾਂ, ਜਦਕਿ ਮੋਟੇ ਤੌਰ 'ਤੇ ਚੋਣਾਂ ਅਮਨ ਅਮਾਨ ਨਾਲ ਸੰਪੰਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਪੁਰਬ ਸਮਾਗਮਾਂ ਨੂੰ ਲੈ ਕੇ ਸਰਕਾਰ ਤੇ SGPC ਵਿੱਚ ਸਹਿਮਤੀ ਬਣਦੀ ਨਜ਼ਰ ਨਹੀਂ ਆਈ। ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਹੀ ਕਾਰਵਾਈ ਕੀਤੇ ਜਾਣ ਦਾ ਦਿੱਤਾ ਆਦੇਸ਼। ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਸ਼ਰਧਾਲੂਆਂ ਦੀ ਕਰਤਾਰਪੁਰ ਲਾਂਘੇ ਦੀ ਯਾਤਰਾ ਦਾ ਖਰਚਾ ਚੁੱਕਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੈਪਟਨ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਜਿਹੇ ਕਦਮ ਚੁੱਕਣ ਦੀ ਕੀਤੀ ਮੰਗ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਨੇ ਕੈਪਟਨ ਸਰਕਾਰ ਖਿਲਾਫ਼ ਲਗਾਇਆ ਧਰਨਾ। ਕਪਾਹ ਦੀ ਫਸਲ ਦਾ ਭਾਅ ਪੂਰਾ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਘੇਰਿਆ ਬਠਿੰਡਾ ਦਾ CCI ਦਫ਼ਤਰ। ਮੰਗਾਂ ਨਾ ਮੰਨਣ ਤੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ। ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਪੁੱਜਾ ਸੰਗਰੂਰ। ਹੋਰ ਧਰਮਾਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੇ ਵੀ ਕੀਤੀ ਵੱਧ ਚੜ ਕੇ ਸੇਵਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਜਗਤ ਗੁਰੂ। ਇਸ ਨਾਲ ਹੀ TV84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।